ਪਾਕਿਸਤਾਨ ਦੇ ਵਿੱਚ ਇਨਸਾਫ ਦਾ ਉਸੂਲ ਇੰਨਾ ਹੀ ਮੁਸ਼ਕਿਲ ਆ ਜਿੰਨਾ ਮੈਂ ਅੱਜ ਵਾਲੇ ਕੇਸ ਦੇ ਵਿੱਚ ਦੱਸਣ ਲੱਗਾ ਵਾਂ 13 ਅਗਸਤ 2018 ਦੇ ਵਿੱਚ ਇੱਕ ਮੁਕੱਦਮਾ ਦਰਜ ਹੁੰਦਾ ਵਾ ਦੋ ਤਾਲਬੇ ਇਲਮ ਜਿਹੜੇ ਆ ਨਾ ਉਹਨਾਂ ਨੂੰ ਕਤਲ ਕਰ ਦਿੱਤਾ ਜਾਂਦਾ ਵਾ ਉਹਦੇ ਇਨਸਾਫ ਦੇ ਉਸੂਲ ਵਾਸਤੇ 6 ਸਾਲ ਦਾ ਅਰਸਾ ਲੱਗਾ ਵਾ ਏਐਸਆਈ ਜਵੇਦ ਹੈੱਡ ਕਾਂਸਟੇਬਲ ਅਸਗਰ ਅਲੀ ਫਲਖਸ਼ੇਰ ਵਕਾਸ ਤੇ ਵਕਾਰ ਪੁਲਿਸ ਅਹਲਕਾਰਾਂ ਨੂੰ ਸਜ਼ਾਏ ਮੌਤ ਹੋ ਗਈ ਲੇਕਿਨ ਇਹਦੇ ਬੈਗ ਤੇ ਕੀ ਸੀਗਾ ਹਕੀਕਤ ਕੀ ਸੀ ਕਿਦੋਂ ਇਹ ਵਕੂਆ ਆ ਇਹ ਦੋਨੇ ਹੀ ਅਰਸਲਾਨ ਤੇ ਉਸਮਾਨ ਡਾਕੂ ਕਰਾਰ ਦਿੱਤੇ ਜਾਂਦੇ ਆ ਜਦੋਂ ਕ੍ਰਾਈਮਿਨਲ ਰਿਕਾਰਡ ਚੈੱਕ ਕੀਤਾ ਗਿਆ ਜਦੋਂ ਬੱਚਿਆਂ ਦੇ ਸਕੂਲ ਵਾਲੇ ਕਾਰਡ ਆਏ ਇਨਕੁਆਇਰੀ ਤੋਂ ਬਾਅਦ ਪਤਾ ਲੱਗਾ ਕਿ ਇਹ ਬੱਚੇ ਡਾਕੂ ਨਹੀਂ ਸੀ ਐਡਾ ਮੁਕਦਮਾ ਪੁਲਿਸ ਮੁਕਾਬਲੇ ਦਾ ਦਰਜ ਹੋਇਆ ਇਹ ਝੂਠਾ ਦਰਜ ਹੋਇਆ ਜਿਹੜਾਂ ਆਲੇ ਦੇ ਵਿੱਚ ਮਾਂ ਦਾ ਇਕਲੌਤਾ ਬੇਟਾ ਪੁਲਿਸ ਵਾਲਿਆਂ ਨੇ ਜਾਲੀ ਮੁਕਾਬਲੇ ਦੇ ਵਿੱਚ ਮਾਰ ਦਿੱਤਾ ਇਹੀ ਫੈਸਲਾ ਪਹਿਲੇ ਆਇਆ ਹੁੰਦਾ ਪੁਲਿਸ ਅਹਿਲਕਾਰ ਜਿਹੜੇ ਆ ਉਹਨਾਂ ਦੇ ਫਾਇਰਿੰਗ ਕਰਨ ਤੋਂ ਕਤਰਾ ਜਾਂਦੇ ਅਸਲਾਮੁਅਲੈਕੁਮ ਪਾਕਿਸਤਾਨ ਦੇ ਵਿੱਚ ਇਨਸਾਫ ਦਾ ਉਸੂਲ ਇੰਨਾ ਹੀ ਮੁਸ਼ਕਿਲਾਂ ਜਿੰਨਾ ਮੈਂ ਅੱਜ ਵਾਲੇ ਕੇਸ ਦੇ ਵਿੱਚ ਦੱਸਣ ਲੱਗਾ ਵਾ ਜਾਂ ਇਹਦੇ ਵਿੱਚ ਕੋਈ ਆਸਾਨੀਆਂ ਵੀ ਆ 13 ਅਗਸਤ 2018 ਦੇ ਵਿੱਚ ਇੱਕ ਮੁਕਦਮਾ ਦਰਜ ਹੁੰਦਾ ਵਾ ਜਿਹਦੇ ਵਿੱਚ ਦੋ ਤਾਲਬੇਲਮ ਜਿਹੜੇ ਆ ਨਾ ਉਹਨਾਂ ਨੂੰ ਕਤਲ ਕਰ ਦਿੱਤਾ ਜਾਂਦਾ ਵਾ ਪੁਲਿਸ ਅਹਿਲਕਾਰਾਂ ਦੇ ਖਿਲਾਫ ਉਹਦੇ ਇਨਸਾਫ ਦੇ ਉਸੂਲ ਵਾਸਤੇ 6 ਸਾਲ ਦਾ ਅਰਸਾ ਲੱਗਾ ਵਾ ਅਸੀਂ ਜਦੋਂ ਇਹ ਵਾਕਿਆ ਹੋਇਆ ਉਸ ਟਾਈਮ ਵੀ ਇਹਨੂੰ ਰਿਪੋਰਟ ਕੀਤਾ ਸੀਗਾ ਹੁਣ ਜਦੋਂ ਇਹਦਾ ਫੈਸਲਾ ਆ ਗਿਆ ਤੇ ਉਹ ਵੀ ਤੁਹਾਨੂੰ ਹਕੀਕਤ ਦੱਸਣ ਲੱਗੇ ਕਿਉਂਕਿ ਸਾਡੀ ਮੈਮਰੀ ਜਿਹੜੀ ਹੈ ਉਹ ਬੜੀ ਇੱਕ ਨਾ ਮਖਸੂਸੇ ਦਾਇਰੇ ਦੇ ਇर्द-ਗਿਰਦ ਘੁੰਮਦੀ ਹੈ ਚੀਜ਼ਾਂ ਜਦੋਂ ਪੁਰਾਣੀਆਂ ਹੋ ਜਾਂਦੀਆਂ ਵਾ ਅਸੀਂ ਭੁੱਲ ਜਾਂਦੇ ਹਾਂ ਹੁਣ ਇਹ ਤਾਂ ਸਾਰੇ ਲੋਕ ਦੱਸ ਰਹੇ ਆ ਕਿ ਜਨਾਬੇ ਅਲੀ ਪੁਲਿਸ ਅਹਿਲਕਾਰਾਂ ਨੂੰ ਸਜ਼ਾ ਹੋਊਗੀ ਲੇਕਿਨ ਇਹਦੇ ਬੈਕ ਤੇ ਕੀ ਸੀਗਾ ਹਕੀਕਤ ਕੀ ਸੀ ਕਿਦੋਂ ਇਹ ਵਕੂਆ ਆਇਆ ਮੈਂ ਤੁਹਾਨੂੰ ਇੱਕ ਇੱਕ ਗੱਲ ਦੱਸਾਂਗਾ 9 ਅਗਸਤ ਦੀ ਰਾਤ 11 ਵਜੇ ਦੋ ਤਾਲਬੇ ਇਲਮ 9ਵੀਂ ਤੇ 10ਵੀਂ ਕਲਾਸ ਦਾ ਅਰਸਲਾਨ ਔਰ ਉਸਮਾਨ ਜਿਹੜੇ ਦੋਨੇ ਕਜ਼ਨ ਹੁੰਦੇ ਆ ਇਹ ਨਿਕਲਦੇ ਆ ਜਨਾਬੇ ਦੀ ਸ਼ਵਾਰਮਾ ਖਾਨ 2018 ਦੇ ਵਿੱਚ ਸ਼ਵਾਰਮਾ ਜਿਹੜਾ ਨਾ ਨਵਾਂ ਨਵਾਂ ਆਇਆ ਸੀਗਾ ਕੋਈ ਐਡਾ ਪੁਰਾਣਾ ਨਹੀਂ ਹੁੰਦਾ ਨਿਆਣਿਆਂ ਨੂੰ ਸ਼ੌਕ ਹੁੰਦਾ ਸੀਗਾ ਇਹ ਜਨਾਬੇ ਦੀ ਤਕਰੀਬਨ 10:30 11 ਵਜੇ ਨਿਕਲਦੇ ਆ ਇੱਕ ਪੁਲਿਸ ਨਾਕਾ ਲੱਗਾ ਹੁੰਦਾ ਉੱਥੇ ਇਹਨਾਂ ਦੋਨਾਂ ਤਾਲਬੇਲਮਾਂ ਨੂੰ ਰੋਕਿਆ ਜਾਂਦਾ ਇਹ ਜਨਾਬੇ ਦੀ ਬੱਚੇ ਡਰ ਜਾਂਦੇ ਆ ਪੁਲਿਸ ਵਾਲ ਦੇਖ ਕੇ ਉਦੋਂ ਪੁਲਿਸ ਦਾ ਰੋਬ ਔਰ ਦਬਤਬਾ ਹੌਣ ਵਾਲਿਆਂ ਨਾਲੋਂ ਜ਼ਿਆਦਾ ਹੁੰਦਾ ਸੀਗਾ ਇਹ ਦੋਨੇ ਬੱਚੇ ਜਨਾਬੇ ਵਾਲੀ ਡਰ ਕੇ ਮੋਟਰਸਾਈਕਲ ਆਪਣੀ ਭਜਾ ਦਿੰਦੇ ਆ ਤੇ ਪੁਲਿਸ ਵਾਲੇ ਜਨਾਬੇ ਵਾਲੀ ਅੰਦਾ ਦੁੰਦ ਫਾਇਰਿੰਗ ਕਰ ਦਿੰਦੇ ਆ ਇਹ ਦੋਨੇ ਬੱਚੇ ਜ਼ਖਮੀ ਹੁੰਦੇ ਆ ਹਸਪਤਾਲ ਪਹੁੰਚ ਜਾਂਦੇ ਆ ਜ਼ਖਬੰਦੀ ਤਾਬ ਨਾ ਲਿਆਂਦੇ ਆ ਦੋਨੇ ਜਨਾਬੇ ਵਾਲੀ ਜ਼ਿੰਦਗੀ ਦੀ ਬਾਜ਼ੀ ਹਾਰ ਜਾਂਦੇ ਆ ਤੇ ਪੁਲਿਸ ਜਨਾਬੇ ਵਾਲੀ ਜਿੱਦਾਂ ਹਮੇਸ਼ਾ ਦੀ ਤਰ੍ਹਾਂ ਕਰਦੀ ਆ ਕਾਲੀ ਔਰ ਫੁਰਤੀ ਦਿਖਾਉਂਦੀ ਆ ਇਹ ਦੋਨੇ ਹੀ ਅਰਸਲਾਨ ਤੇ ਉਸਮਾਨ ਡਾਕੂ ਕਰਾਰ ਦਿੱਤੇ ਜਾਂਦੇ ਆ ਪੁਲਿਸ ਮੁਕਾਬਲੇ ਦਾ ਮੁਕੱਦਮਾ ਦਰਜ ਹੁੰਦਾ ਵਾ ਪੁਲਿਸ ਵਾਲੇ ਕਹਿੰਦੇ ਆ ਜੀ ਇਹ ਬੰਦੇ ਜਾ ਰਹੇ ਸੀਗੇ ਇਸ ਇਹਨਾਂ ਨੂੰ ਰੋਕਿਆ ਇਹਨਾਂ ਨੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਤੇ ਆਪਣੇ ਹੀ ਜਿਹੜੇ ਸਾਥੀ ਸੀ ਉਹਨਾਂ ਦੀ ਫਾਇਰਿੰਗ ਦੇ ਨਾਲੇ ਜ਼ਖਮੀ ਹੋਏ ਤੇ ਹੁਣ ਜ਼ਿੰਦਗੀ ਦੀ ਬਾਜ਼ੀ ਹਾਰ ਗਿਆ لہذا ਇਹ ਡਾਕੂ ਆ ਜਦੋਂ ਕ੍ਰਿਮੀਨਲ ਰਿਕਾਰਡ ਚੈੱਕ ਕੀਤਾ ਗਿਆ ਜਦੋਂ ਬੱਚਿਆਂ ਦੇ شناختੀ ਕਾਰਡ ਆਏ ਜਦੋਂ ਬੱਚਿਆਂ ਦੇ ਸਕੂਲ ਵਾਲੇ ਕਾਰਡ ਆਏ ਤੇ ਜਨਾਬੇ ਅਲੀ ਜਿਹੜੀ ਹਰਸ਼ਾਇਆ ਸੀ ਉਹ ਖੁੱਲ ਕੇ ਸਾਹਮਣੇ ਆ ਗਈ ਉਸ ਵਕਤ ਦੇ ਸੀਪੀਓ ਉਸ ਵਕਤ ਦੇ ਐਸਐਸਬੀ ਪ੍ਰੇਸ਼ਨ ਉਸ ਵਕਤ ਦੇ ਐਸਐਸਪੀ ਇਨਵੈਸਟੀਗੇਸ਼ਨ ਜਿੰਨੇ ਵੀ ਅਫਸਰਾਨ ਸੀ ਉਹਨਾਂ ਸਾਰਿਆਂ ਨੇ ਜਦੋਂ ਇਨਕੁਆਰੀ ਕਰ ਲਈ ਇਨਕੁਆਰੀ ਤੋਂ ਬਾਅਦ ਪਤਾ ਲੱਗਾ ਕਿ ਇਹ ਬੱਚੇ ਡਾਕੂ ਨਹੀਂ ਸੀ ਐਡਾ ਮੁਕਦਮਾ ਪੁਲਿਸ ਮੁਕਾਬਲੇ ਦਾ ਦਰਜ ਹੋਇਆ ਇਹ ਝੂਠਾ ਦਰਜ ਹੋਇਆ ਫੌਰੀ ਤੌਰ ਤੇ ਜਨਾਬੇ ਅਲੀ ਇਨ੍ਹਾਂ ਚਾਰ ਪੁਲਿਸ ਅਹਿਲਕਾਰਾਂ ਦੇ ਖਿਲਾਫ 302 ਦੀ ਦਫਾਤ ਦੇ ਤਹਿਤ ਮੁਕਦਮਾ ਦਰਜ ਕਰ ਲਿਆ ਅਹਿਲਕਾਰਾਂ ਦੇ ਨਾਮ ਹੈ ਜੀ ਏਐਸਆਈ ਜਵੇਦ ਹੈੱਡ ਕਾਂਸਟੇਬਲ ਅਸਗਰ ਅਲੀ ਫਲਕਚੇਰ ਵਕਾਸ ਤੇ ਵਕਾਰ ਇਨਾਂ ਦੇ ਖਿਲਾਫ ਕਤਲ ਸਮੇਤ 3 ਦਫਾ ਦੇ ਤਹਿ ਜਿਹੜਾ ਨਾ ਮੁਕਦਮਾ ਦਰਜ ਕਰ ਲਿਆ ਤਰਜਮਾਨ ਪੁਲਿਸ ਦਾ ਇਹ ਕਹਿਣਾ ਵਾ ਕਿ ਇਬتدਾਈ ਤੌਰ ਤੇ ਮੁਕਾਬਲਾ ਰਿਪੋਰਟ ਕੀਤਾ ਗਿਆ ਤਾਂ ਹਮ ਤਫਤੀਸ਼ ਜਿਹੜੀ ਹੈ ਉਹ جاری ਐ ਐਸਐਸਪੀ ਆਪਰੇਸ਼ਨ ਦੀ ਕੀਅادت ਦੇ ਵਿੱਚ ਤਿੰਨ ਰੋਕਨੀ ਕਮੇਟੀ ਬਣਾਤੀ ਆ ਉਹ ਜਿਹੜਾ ਵੀ ਲਾਹੇ ਅਮਲ ਤਿਆਰ ਕਰੇਗੀ ਉਹਦੇ ਮੁਤਾਬਕ ਫੈਸਲਾ ਹੋ ਜਾਏਗਾ ਲੇਕਿਨ ਜਨਾਬੇ ਅਲੀ 9 ਅਗਸਤ ਦਾ ਵਕੂਆ ਤੁਹਾਨੂੰ ਮੈਂ ਪਹਿਲੇ ਸੁਣਾਇਆ ਵਾ 13 ਅਗਸਤ ਨੂੰ ਜਨਾਬੇ ਅਲੀ ਮੁਕਦਮਾ ਜਿਹੜਾ 302 ਦਾ ਦਰਜ ਹੋਇਆਦਾ 2018 ਦੇ ਵਿੱਚ ਕੱਲ ਜਨਾਬੇ ਅਲੀ ਤਾਰੀਖ ਸੀ 28 ਅਕਤੂਬਰ 2024 ਇੱਕ ਫੈਸਲਾ ਸਾਹਮਣੇ ਆਂਦਾ ਵਾ ਤੇ ਸੋਸ਼ਲ ਮੀਡੀਆ ਦੇ ਉੱਪਰ ਜਨਾਬੇ ਅਲੀ ਇੱਕ ਬੁਚਾਲ ਜੇ ਆ ਜਾਂਦਾ ਵਾ ਕਿ ਪੁਲਿਸ ਅਹਿਲਕਾਰਾਂ ਨੂੰ ਸਜ਼ਾਏ ਮੌਤ ਹੋਗੀ ਪੁਲਿਸ ਅਹਿਲਕਾਰਾਂ ਨੂੰ ਜੁਰਮਾਨੇ ਹੋਗੇ ਤੇ ਅਸੀਂ ਵੀ ਇਹ ਫੈਸਲਾ ਦੇਖਿਆ ਤੇ ਤੁਹਾਨੂੰ ਦੱਸਣ ਦਾ ਮਕਸਦ ਇਸ ਤੋਂ ਹੋਇਆ ਕਿ ਅਗਰ ਪੁਲਿਸ ਅਹਲਕਾਰਾਂ ਨੂੰ ਸਜ਼ਾਵਾਂ ਹੋ ਸਕਦੀਆਂ ਵਾ ਤੇ ਹਰ ਬੰਦੇ ਨੂੰ ਹੋ ਸਕਦੀਆਂ ਵਾ ਅਗਰ ਇਨਸਾਫ ਜਿਹੜਾ ਵਾ ਇਹਨਾਂ ਬੱਚਿਆਂ ਨੂੰ ਮਿਲ ਸਕਦਾ ਵਾ ਤੇ ਸਾਰਿਆਂ ਨੂੰ ਮਿਲ ਸਕਦਾ ਵਾ ਦੇਰ ਆਏ درست ਆਏ ਅਸੀਂ ਇਹਦੇ ਵਿੱਚ ਕਹਿ ਸਕਦੇ ਹਾਂ ਹੁਣ ਜਨਾਬੇ ਵਾਲੀ ਆਨੇ ਆ ਜੀ ਕੱਲ੍ਹ ਵਾਲੇ ਫੈਸਲੇ ਫੈਸਲਾਬਾਦ ਦੇ ਐਡੀਸ਼ਨਲ ਸੈਸ਼ਨ ਜੱਜ ਸਾਹਿਬ ਨੇ ਬੇਗੁਨਾਹ ਤਾਲਬੇ ਇਲਮਾਂ ਨੂੰ ਕਤਲ ਕਰਨ ਵਾਲੇ ਚਾਰ ਪੁਲਿਸ ਅਹਲਕਾਰਾਂ ਨੂੰ ਸਜ਼ਾਏ ਮੌਤ 10 ਲੱਖ ਰੁਪਏ ਜੁਰਮਾਨੇ ਦਾ ਹੁਕਮ ਸੁਣਾਤਾ ਮੁਲਜ਼ਮਾਨ ਨੇ ਜਨਾਬੇ ਅਲੀ 2018 ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਦੇ ਤਾਲਬੇ ਇਲਮਾਂ ਨੂੰ ਉਹ ਸਾਰੀ ਸਟੋਰੀ ਮੈਂ ਤੁਹਾਨੂੰ ਪਹਿਲੇ ਦੱਸ ਚੁੱਕਿਆ ਹਾਂ ਅੱਛਾ ਜੀ ਹੁਣ ਤੁਹਾਡੇ ਨਾਲ ਗੱਲ ਕਰਨ ਦਾ ਸਾਰੀ ਸੂਰਤਿ ਹਾਲ ਦੱਸਣ ਦਾ ਮਕਸਦ ਇਹ ਸੀਗਾ ਸਿਰਫ ਇੱਕ ਮਹੀਨਾ ਪਿੱਛੇ ਚਲੇ ਜਾਓ ਜੜਾਂ ਵਾਲੇ ਦੇ ਵਿੱਚ ਮਾਂ ਦਾ ਇਕਲੌਤਾ ਬੇਟਾ ਪੁਲਿਸ ਵਾਲਿਆਂ ਨੇ ਝਾਲੀ ਮੁਕਾਬਲੇ ਦੇ ਵਿੱਚ ਮਾਰ ਦਿੱਤਾ ਉਹ ਵੀ ਜਨਾਬੇ ਅਲੀ ਇਸੇ ਤਰ੍ਹਾਂ ਹੋਇਆ ਤਾਲਬੇਲਮ ਜਾ ਰਹੇ ਸੀਗੇ ਪੁਲਿਸ ਵਾਲਿਆਂ ਨੇ ਰੋਕਿਆ ਬੱਚੇ ਡਰ ਗਏ ਫਾਇਰਿੰਗ ਕਰ ਦਿੱਤੀ ਇੱਕ ਤਾਲਬੇਲਮ ਜ਼ਿੰਦਗੀ ਦੀ ਬਾਜ਼ੀ ਹਾਰ ਗਿਆ ਇੱਕ ਹਲੇ ਤੱਕ ਜ਼ਖਮੀ ਜਿਹੜਾ ਵਾ ਉਹ ਜ਼ੇਰੇ ਇਲਾਜ ਆ ਤੇ ਦੱਸਣ ਦਾ ਮਕਸਦ ਇਹ ਆ ਕਿ ਅਗਰ ਇਹੀ ਫੈਸਲਾ ਪਹਿਲੇ ਆਇਆ ਹੁੰਦਾ ਸ਼ਾਇਦ ਪੁਲਿਸ ਅਹਲਕਾਰ ਜਿਹੜੇ ਆ ਉਹਨਾਂ ਦੇ ਫਾਇਰਿੰਗ ਕਰਨ ਤੋਂ ਕਤਰਾ ਜਾਂਦੇ ਲੇਕਿਨ ਖੈਰ ਉਸ ਮਾਂ ਨੂੰ ਬੱਚਾ ਵਾਪਸ ਨਹੀਂ ਮਿਲਣਾ ਜਿਹੜਾ ਬੱਚਾ ਯਤੀਮ ਜਿਹੜਾ ਪੁਲਿਸ ਵਾਲਿਆਂ ਨੇ ਮਾਰਤਾ ਲੇਕਿਨ ਅੱਗੇ ਤੋਂ ਜਿਹੜੇ ਪੁਲਿਸ ਵਾਲੇ ਐਸ ਫੈਸਲੇ ਨੂੰ ਮੱਦੇ ਨਜ਼ਰ ਰੱਖਣ ਕਿਸੇ ਵੀ ਨਹਾਤੇ ਤਾਲਬੇ ਇਲਮ ਤੋਂ ਫਾਇਰੇ ਕਰਨ ਤੋਂ ਪਹਿਲੇ ਹਰ ਚੀਜ਼ ਨੂੰ ਦੇਖ ਲੈਣ ਕਿ ਸਜ਼ਾਏ ਮੌਤ ਜਿਹੜੀ ਆ ਇਹ ਅਗਰ ਆਮ ਬੰਦੇ ਨੂੰ ਹੋ ਸਕਦੀ ਆ ਤੇ ਪੁਲਿਸ ਵਾਲੇ ਅਗਰ ਗੁਨਾਹਗਾਰ ਹੋਣਗੇ ਉਹਨਾਂ ਨੂੰ ਵੀ ਉਸੇ ਤਰ੍ਹਾਂ ਸਜ਼ਾਏ ਮੌਤ ਹੋਏਗੀ ਬਹੁਤ ਸ਼ੁਕਰੀਆ